रिकॉर्डिंग लगा। धर्म सत्कारयोग सदा के एक प्रकार से जी कोटली सदा अमर सिंह जी सदा अमर प्रीत सिंह बादल जी अमीत सिंह जी एमएलए साहब गुरकीरत सिंह कोटली जी एमएलए साहब पांडे जी धन सिंह कपूर जी राजा गिल जी यार मेजर अमीत सिंह ढिलो साहब मेरे सत्कारयोग छोटे वीर लखविंदर सिंह लखा जी अज बीबिया बहुत आई हुई है सत श्री अकाल सारे आशीर्वाद होता है जे मामा भैन दीसा मिल जा उस तो वड्डी जिंदगी कोई अतीस नहीं होती केजरीवाल भी आता सुखबीर भी आता लोग जा रहे होंगे जितना भोग फुल चले आते क्योंकि इनका बिस्तरा गुड़ हो रहा पंजाब चो अंतम सहां से है पार्टियां जदों का सुखबीर और मजीठिया है अकाली दल दोबारे उठ नहीं करता अकाली दल पार्टी माड़ी नहीं है लेकिन लीडर ने मारती इन्होंने जिस तरीके पंजाब में लुटिया इन्होंने मार के रखा अकाली दल छेती छेती खड़ा होने वाला नहीं है सरकारियो बीबीओ बेधन्यवाद करना मैं इन गिनती देखी नहीं सारे जने जिस तरीके होमा ला के आए हो मेरा बड़ा हौसला हो गया मैं थोड़ा सारे का भी धन्यवाद करना उत्साह है थोड़े एक नवी सोच नवी उमंग नवी उम्मीद जागी है पंजाब दे विच दो ढाई महीने जिस तरीके का युग परिवर्तन हो रहा है जिस तरीके दे नाल उमड़ के आ रहे हैं लोग जो एक नवी सोच पंजाब दे विच आई है इसका हर पासे स्वागत हो रहा है ऐसी हो मसले हल कर रहे हैं जेड़े मैं अपने पिंडे से हटाए मेरी भी बीबी वे वागू बहुत सारे वागू गरीब परिवार के जमया है मेरी बीबी भी ऐसी पिंड के टोबे गाला लिया थोड़ी पानी उन्होंने मिला के फिर अभी अपने घर का फर्श लिपड़ा वे भी कई परिवार लिपते रहे हैं हूं तो समय नहीं कर रहे जिन्होंने लिपते रहे खड़े हो गया मेरा हाथ खड़े हो गया हाँ होगी मैं खुल रही है मैं गरीबा है मैं मिडिल क्लास फैमिली है आज समय जी का हूं चली है ऐसा लीड के नाम पांडू फिर करते थे अपनी कंधा के उपर फिर दिया रही है तुम्हें भी हाँ मैं खुल रही है केजरीवाल भुलेखा पै गया कहते जी मैं आम आदमी नहीं है नकली आम आदमी कहता मैं आम आदमी है हम उन्होंने क्या पता मिट्टों के जो गारा मिल जाएगा हर घर भी लिखे होंगे कि यार पांडव भी कोई चीज होती है पांडव नहीं पता उन्होंने क्या होता है उन्होंने क्या पता पिंडा के किस तरह जल कोठा चुना है
ਕਿਤੇ ਬਾਟੀ ਰੱਖ ਲਿਆ, ਕਿਤੇ ਪਲਾਟ ਰੱਖ ਲਿਆ, ਕਿਤੇ ਥਾਲੀ ਰੱਖ ਲਿਆ, ਕਿਤੇ ਤੂੰਗੀ ਰੱਖ ਲਿਆ, ਕਿਤੇ ਗਾੜੀ ਰੱਖ ਲਿਆ। ਨਾ ਉਹਨੂੰ ਆਇਆ ਪਤਾ ਵੀ ਗਾੜੀ ਕਿਆ ਹੁੰਦੀ, ਨਾ ਉਹਨੂੰ ਪਤਾ ਤੂੰਗੀ ਕਿਆ ਹੁੰਦੀ ਹੈ। ਲੇਕਿਨ ਕਹਿੰਦਾ ਮੈਂ ਆਮ ਆਦਮੀ, ਮੈਨੂੰ ਨਕਲੀ ਵੀ ਲੱਗਣ ਲੱਗ ਗਿਆ। ਮੈਂ ਉਹਨੂੰ ਪੁੱਛਿਆ ਕਦੇ ਪਿੰਡਾਂ ਵਿੱਚ ਗੁੱਲੀ ਡੰਡਾ ਖੇਡਿਆ, ਕਦੇ ਪਿੱਠੂ ਖੇਡਿਆ, ਕਦੇ ਬਾਂਦਰ ਕੀਲੀ ਖੇਡੀ ਹੈ। ਕੇਰੀ ਵਾਲ ਵਰਗਾ ਇੱਕ ਬਾਂਦਰ ਕੀਲੀ ਗੋਲ ਚੱਕਰ ਖੜਾਇਆ ਹੁੰਦਾ, ਚਾਰੇ ਪਾਸੇ ਦੇ ਛੁੱਟੀਆਂ ਮਾਰ ਕੇ ਛੁੱਟੀਆਂ ਬਾਹਰ ਕੱਢ ਕੇ ਲੈ ਭਾ ਜਿਹੜਾ ਪਿੱਛੇ ਛੁੱਟੀਆਂ ਪੈਂਦੀਆਂ, ਐਵੇਂ ਉਹ ਕੀਲੀ ਪੈਣੀ ਆ ਸੀ ਪੰਜਾਬ ਚੋਂ, ਇਸੇ ਕਹਿੰਦੇ ਪੰਜਾਬ ਚੋਂ ਆਪਾਂ ਨੇ, ਕਿਉਂਕਿ ਪੰਜਾਬ ਪੰਜਾਬੀਆਂ ਦਾ। ਇਹ ਲੋਕ ਬਾਹਰ ਆ ਕੇ ਲਾਲ ਕਰਨਾ ਚਾਹੁੰਦੇ, ਹਰ ਜਗ੍ਹਾ ਲਿਖਿਆ ਵਾ ਇਹ ਕੀਲੀ ਵਾਰ ਕੇ ਇੰਨੀ ਵਾਰ ਕਿਉਂ ਬਈ ਐਸੀ ਹੁਣ ਬਾਹਰ ਦੇ ਲੋਕਾਂ ਨੂੰ ਲਾ ਸਾਹਮਣਾ। ਮੈਂ ਇਹਨੂੰ ਕਹਿੰਦਾ ਅੰਗਰੇਜ਼ ਆਏ ਸੀ ਬਾਹਰੋਂ ਆ ਕੇ ਲਾਲ ਕੀਤਾ ਅੰਗਰੇਜ਼ਾਂ ਨੇ। ਮੈਂ ਇਹਨੂੰ ਕਿਹਾ ਕਿ ਹੁਣ ਕਾਲੇ ਅੰਗਰੇਜ਼ ਆ ਕੇ ਲਾਲ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ, ਕਹਿੰਦਾ ਮੈਨੂੰ ਕਾਲਾ ਕਹਿੰਦੇ। ਮੈਂ ਕਹਿੰਦਾ ਚਿੱਟਾ ਅੰਗਰੇਜ਼ ਕਹਿੰਦੇ ਜੇ ਤੂੰ ਚਿੱਟਾ, ਲੇਕਿਨ ਹੈ ਤਾਂ ਬਾਹਰੋਂ ਆਇਆ ਨਾ, ਰਾਜ ਕਰਨਾ ਚਾਹੁੰਦਾ ਸਾਡੇ ਤੇ, ਇੱਥੇ ਆ ਕੇ ਕਬਜ਼ਾ ਕਰਨਾ ਚਾਹੁੰਦੇ ਹੈ। ਕਿਆ ਪੰਜਾਬ ਵਿੱਚ ਸਾਮਰਾਜ ਜ਼ਮੀਨ ਹੈ ਜਿਹੜਾ ਮਰਜ਼ੀ ਦੱਬ ਲਵੇ ਆ ਕੇ, ਆ ਜਾਂਦਾ ਥੋੜੀ ਗੱਡੀ ਹੈ ਇਹਨਾਂ ਦੇ ਮੁੰਡੇ ਰਾਜ ਕਰਨਗੇ। ਗਰੀਬ ਮਿਡਲ ਕਲਾਸ ਦੇ ਲੋਕ ਰਾਜ ਕਰਨਗੇ, ਯੁੱਗ ਦਾ ਪਰਿਵਰਤਨ ਹੋਇਆ, ਆਮ ਕਿਸਾਨ ਦਾ ਮੁੰਡਾ ਰਾਜ ਕਰੇਗਾ ਪੰਜਾਬ ਦੇ ਵਿੱਚ, ਇਹ ਕਿਉਂ ਕਰੇ? ਯੁੱਗ ਦਾ ਪਰਿਵਰਤਨ ਹੋ ਰਿਹਾ, ਰਜਵਾੜਾ ਸ਼ਾਹੀ ਔਰ ਉਹ ਅਮੀਰ। ਮੈਂ ਤੁਹਾਨੂੰ ਦੱਸਦਾ 10-20-25 ਕਿਲੇ ਵਾਲਾ ਅਮੀਰ ਨਹੀਂ ਹੁੰਦਾ, ਪਲੇਖੇ ਕਹਿ ਰਹੇ ਹੋ ਅਮੀਰ ਹੈ ਜਿਹਨਾਂ ਦੀ ਗਿਣਤੀ ਉਹ ਕੋਈ ਨਹੀਂ ਹੈ। ਸੁਖਬੀਰ ਵਰਗੇ ਹਜ਼ਾਰਾਂ ਕਿਲੇ ਜ਼ਮੀਨ ਹੈ, ਹਜ਼ਾਰਾਂ ਬੱਸਾਂ ਹੈ, ਹੋਟਲ ਹੈ, ਕੋਈ ਅੰਤ ਨਹੀਂ ਹੈ ਇਹਨਾਂ ਦੀ ਜਾਇਦਾਦ ਦਾ। ਇਹ ਲੋਕਾਂ ਨੂੰ ਅਮੀਰ ਕਹਿੰਦੇ ਹੈ, ਇਹਨਾਂ ਦੀ ਇੱਕ ਅਲੀਟ ਕਲਾਸ ਹੈ, ਇਹਨਾਂ ਦਾ ਕੋਈ ਜਾਤ ਕੋਈ ਧਰਮ ਨਹੀਂ ਹੈ, ਇਹਨਾਂ ਦੀ ਅਮੀਰੀ ਉਹ ਧਰਮ ਹੈ, ਇਹਨਾਂ ਦੀ ਅਮੀਰੀ ਉਹ ਜਾਤ ਹੈ। ਤੇ ਇਹ ਮਹਾਰਾਜਾ ਹੋਇਆ, ਇਹ ਹੋਏ, ਇੱਕ ਜਣਾ ਉੱਤਰ ਜਾਂਦਾ, ਦੋ ਜਣਾ ਚੜ੍ਹ ਜਾਂਦਾ, ਸਾਨੂੰ ਬੇਵਕੂਫ ਬਣਾਉਂਦੇ ਰਹਿੰਦੇ ਹੈ। ਉੱਤਰ ਕਾਟੋ ਮੇਰੀ ਵਾਰੀ, ਇੱਕ ਵਾਰ ਉਹ ਚੜ੍ਹ ਜਾਂਦਾ, ਇੱਕ ਵਾਰ ਉਹ ਚੜ੍ਹ ਜਾਂਦਾ। ਹੁਣ ਫੇਰ ਇਕੱਠੇ ਹੈ ਬੀਜੇਪੀ ਔਰ ਅਕਾਲੀ ਤੇ ਮਹਾਰਾਜਾ, ਇੱਕੋ ਥਾਲੀ ਦੇ ਇਕੱਠੇ ਬੈਠੇ ਹੈ, ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ ਹੈ। 4.5 ਸਾਲ ਕੁਛ ਕਰਿਆ ਨਹੀਂ, ਹੁਣ ਮਹਾਰਾਜੇ ਦੀ ਬੜੀ ਪਾਰਟੀ ਬਣ ਗਈ ਬੀਜੇਪੀ ਦੇ ਨਾਲ, ਇੱਕ ਦੁਸ਼ਮਣ ਜਮਾਤ ਪੰਜਾਬ ਦੀ ਬੀਜੇਪੀ ਹੈ। ਇਹਨਾਂ ਨੇ ਪੰਜਾਬ ਦਾ ਨੁਕਸਾਨ ਕਰਨਾ, ਸਾਡਾ ਨੁਕਸਾਨ ਕਰਿਆ। ਐਸੇ ਕਾਨੂੰਨ ਲਿਆਂਦੇ ਜਿਹੜੇ ਪੰਜਾਬ ਨੂੰ ਖਤਮ ਕਰਨ ਵਾਲੇ ਸੀ। ਇਹਦਾ ਥੱਕੇ ਜਾਈਏ, ਕਿਸਾਨ ਯੂਨੀਅਨ ਲਾਦੇ ਯਾਰ, ਪੰਜਾਬ ਦੇ ਲੋਕਾਂ ਨੇ ਜਿਹਨਾਂ ਨੇ ਕਿਸਾਨ ਯੂਨੀਅਨ ਦੀ ਮਦਦ ਕੀਤੀ, ਤੇ ਅੱਜ ਸੰਘਰਸ਼ ਖਤਮ ਹੋ ਗਿਆ। ਉਹ ਕਾਨੂੰਨ ਵਾਪਸ ਲੈਣੇ ਪੈ ਗਏ, ਕੱਲ੍ਹ ਪਰਸੋਂ ਤੱਕ ਕਿਸਾਨ ਵਾਪਸ ਆ ਜਾਣਗੇ। ਲੇਕਿਨ ਇਹ ਲੜਾਈ ਨੂੰ ਸਲਾਮ ਹੈ, ਮੋਦੀ ਨੇ ਕੋਈ ਇਹ ਕਾਨੂੰਨ ਵਾਪਸ ਲੈ ਕੇ ਉਪਕਾਰ ਨਹੀਂ ਕੀਤਾ। 700 ਤੋਂ ਜ਼ਿਆਦਾ ਬੰਦਾ ਆਪਣਾ ਮਰ ਗਿਆ, ਕਿੰਨੇ ਇਕੱਠੇ ਹੋ ਗਏ ਹੈ, ਕਿੰਨੇ ਦੁੱਖ ਚਲੇ ਹੈ, ਰਾਤਾਂ ਕੱਢੀਆਂ ਗਈਆਂ ਸੜਕਾਂ ਪਰ, ਧਰਨੇ ਲਾਉਣੇ ਪਏ, ਆਠ ਰਾਤਾਂ ਹੈਗੀ। ਤੇ ਅੱਜ ਕੈਪਟਨ ਵਰਗੇ ਵਾਪਸ ਕਰਾ ਕੇ ਕਹਿ ਰਹੇ ਕਿ ਹੁਣ ਉਹਨੂੰ ਫੇਰ ਮੁੱਖ ਮੰਤਰੀ ਬਣਾਓ, ਤਾਂ ਕਿ ਫੇਰ ਭੱਟੀ ਧੋ ਦੇਵੇ ਸਾਨੂੰ। ਲੁੱਟਿਆ ਨਾ ਲੋਕਾਂ ਨੇ, ਅਕਾਲੀ ਦਲ ਨੇ ਲੁੱਟਿਆ, ਅਕਾਲੀ ਦਲ ਦੀਆਂ ਬੱਸਾਂ, ਬੜੇ ਬੜੇ ਸ਼ੀਸ਼ੇ ਵਾਲੀਆਂ ਹੁਣ ਥਾਣਿਆਂ 'ਚ ਖੜੀਆਂ ਮਿਲਦੀਆਂ। ਨਵੇਂ ਨੌਜਵਾਨਾਂ ਨੂੰ ਪਰਮਿਟ ਦੇਣੇ, ਇਹਨਾਂ ਦੇ ਕੱਟ ਕੱਟ ਕੇ 14 ਕਰੋੜ ਰੁਪਈਆ 2 ਮਹੀਨੇ ਇਹਨਾਂ ਨੇ ਜਮ੍ਹਾਂ ਕਰਾਇਆ, ਬਿਜਲੀ ਦੇ ਬਿੱਲ ਹੈ, ਬਿਜਲੀ ਦੇ ਬਕਾਏ ਹੈ, 2 ਕਿਲੋਵਾਟ ਤੱਕ ਦੇ ਐਡੇ ਐਡੇ ਬਿੱਲ ਆਏ ਸੀ, ਐਸੀ 1500 ਕਰੋੜ ਰੁਪਈਆ ਮਾਫ਼ ਕਰਿਆ। ਬਿਜਲੀ ਦੇ ਬਿੱਲਾਂ ਚ ਲੱਗੇ ਆ ਗਿਆ 2 ਕਿਲੋਵਾਟ ਕਰ ਕੇ ਪੁਰਾਣੇ ਬਕਾਏ ਮਾਫ਼ ਹੋ ਗਏ। ਜੇ ਕਿਸੇ ਦਾ ਨਹੀਂ ਆਇਆ ਬਿਜਲੀ ਬੈਠ ਜਾ, ਜੇ
कह रही है, लेकिन जे किसी का नहीं हो गया भी हो गया। 2 किलो वाट करते इतना बारह होना दूसरी पार्टी वाले कई बार प्रकाश कर रहे इकट्ठा बता, लेकिन असलियत 2 किलो वाट करते लोगों के बिजली के बिल माफ हो गए, ते उन्होंने बिलों के लिख के आ गया कि साढ़े बिल माफ हो गए। 3 रुपये रेट बिजली का घट कर दिता है, पेट्रोल पंप पर जाओ 10 रुपये रेट। हाँ बीबी में इधर ऊपर ले आओ, स्टेज पर मैं मिल लेता, इधर ले आओ मेरा कर लिए कुछ लगे इसका हो जाएगा। आम आदमी पार्टी आए वादा तो ये है कम कम, लेकिन मैं तुम सारे पूछना चाहता कि डीजल पेट्रोल तुम पेट्रोल पंप पर लेने जाओ 10 रुपये रेट घट मिल जाएगा नहीं पेट्रोल का, जे मिल जाता हाथ खड़े करके दसो। डीजल पहले नो ड्रम के पिछे 1000 रुपया घट गया, घटिया नहीं जे घटिया ना दसो। सरकारियों वीरो बिजली के रेट अगले महीने जो बिल आने उन्होंने 3 रुपये रेट घटिया होगा, 1 नवंबर तो घटिया, 1 नवंबर तो लेकर 3 नवंबर तक जो रेट है जेड़ा वो अगले बिलों के बीच आएगा। हूं जेड़े छोटे बिल आ रहे अक्तूबर महीने के, इस तरह पानी थोड़े पिंड पानी की टैंकी है, हर पानी की टैंकी ऐसी जेड़ी पिंड की है उसके पर जेड़ी मोटर लगी हुई है उसका रेट उसका जो बिल है पुराना माफ कर दिता है। हूं किसे पिंड की पंचायत को पानी का जेड़ी मोटर है टैंकी वाली उसके पैसे जमा कराने लोड़ ही किसी का 10 लाख खड़ा सी, किसी का 5 लाख खड़ा सी, किसी का 20 लाख खड़ा सी। सो मैं बेनती करना चाहता कि भाई साहब ने मंगा दिखी है लगता जी ने दुराह सिंह ने 13 करोड़ रुपया लगना है, ये एफ एस साहब भी बैठे है आज ही सेंशन कर लागे थोड़ा सीट रेट करना शुरू हो जाएगा। ਬਾਏ ਦੇ ਵਾਸਤੇ 1 ਕਰੋੜ ਰੁਪਇਆ ਕਿਹਾ ਤੇ ਬਲੌਰ ਸ਼ਹਿਰ 1 ਕਰੋੜ ਰੁਪਇਆ, ਮੈਂ ਕਹਿੰਦਾ ਲੱਗਾ ਜੀ ਤੁਸੀਂ 2 ਕਰੋੜ ਰੁਪਇਆ ਕਿਰਾਏ ਲਾ ਰਹੇ ਹੋ। ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਹਾਡੇ ਮੂਹਰੇ ਕਾਨ ਚਿੱਟੇ ਜੋ ਮਰਜ਼ੀ ਸਵਾਲ, ਜੋ ਤੁਸੀਂ ਕਹੋਗੇ ਉਹ ਕਰਾ ਲਾਂਗੇ, ਤੇ ਲਾਣ ਨਾਲ ਸਿਵਲ ਹਸਪਤਾਲ ਬਾਹਰ ਲਈ ਪੋਸਟਮਾਰਟਮ ਦੀ ਸੁਵਿਧਾ ਇਹ ਹੁਣੇ ਅਸੀਂ ਜਾਰੀ ਕਰ ਦਾਂਗੇ। ਪੋਸਟਮਾਰਟਮ ਜੇ ਕੋਈ ਹੋਣਾ ਹੈ ਤਾਂ ਇੱਥੇ ਹੋਇਆ ਕਰੇਗਾ। ਪਿੰਡ ਸ਼ਹਿਰੀ ਦੇ ਗੰਦੇ ਪਾਣੀ ਦੇ ਵਿਕਾਸ ਲਈ 40 ਲੱਖ ਰੁਪਏ ਤੁਹਾਨੂੰ ਇਸੇ ਹਫ਼ਤੇ ਆ ਜਾਣਗੇ। ਸੜਕ ਗੀਜਾ ਬੁਰਾੜਾ ਸਾਹਿਬ ਦਾ ਸਪੈਸ਼ਲ ਰਿਪੇਅਰ ਹੈ ਜਿਹੜੀ 8 ਕਰੋੜ ਰੁਪਏ ਦੀ, ਐਮ ਐਮ ਸਾਹਿਬ ਬੈਠੇ ਹੈ ਐਸੀ ਅੱਜ ਜਾ ਕੇ ਬੈਠ ਕਲੀਅਰ ਕਰ ਦਿੰਦੇ। ਇੱਕ ਨੰਬਰਦਾਰਾਂ ਦੀ ਡਿਮਾਂਡ ਹੈ ਕਿ ਨੰਬਰਦਾਰਾਂ ਨੂੰ ਜੱਦੀ ਪੁਸ਼ਤੀ ਮਿਲਣੀ ਚਾਹੀਦੀ ਹੈ, ਮੈਨੂੰ ਅੱਜ ਵੀ ਮਿਲੀ ਹੈ, ਅੱਜ ਸਾਡੀ ਕੈਬਨਿਟ ਦੀ ਮੀਟਿੰਗ ਹੈ, ਮਸਲਾ ਇਸ ਵਿੱਚ ਪ੍ਰਚਾਰ ਹੈ। ਜੱਦੀ ਪੁਸ਼ਤੀ ਕੋਰਟ ਨਹੀਂ ਕਰਨ ਦਿੰਦੀ, ਕੋਰਟ ਚੋਂ ਨਹੀਂ ਹੋਣਾ, ਲੇਕਿਨ ਤਰੀਕਾ ਲੱਭ ਲਿਆ ਸੀ ਸਰਬਰਾਹੀ ਤੁਹਾਡੀ, ਤੁਸੀਂ ਜਿੰਨੀ ਮਰਜ਼ੀ ਸਮੇਂ ਤੱਕ ਦੇ ਸਕਦੇ ਹੋ, ਪਹਿਲਾਂ 1 ਮਹੀਨੇ ਤੱਕ ਦਿੰਦੇ ਹੋ। ਤੇ ਦੂਸਰਾ ਨਵਾਂ ਜਿਹੜਾ ਨੰਬਰਦਾਰ ਬਣਨਾ ਉਹਦੇ ਵਿੱਚ ਅਸੀਂ ਇਹ ਸ਼ਰਤ ਰੱਖ ਦੇਣੀ ਹੈ ਕਿ ਐਕਸਪੀਰੀਅੰਸ ਹੋਵੇ, ਉਹ ਸਰਬਰਾਹੀ ਨਾਲ ਹੋਵੇਗਾ, ਤਰੀਕਾ ਲੱਭਦਾ ਤੁਹਾਡੀ ਇਹ ਡਿਮਾਂਡ ਅਸੀਂ ਪੂਰੀ ਕਰ ਰਹੇ। ਫਾਇਲ ਜਾਣਾ ਮੰਡੀ ਵਿਖੇ ਨਵੇਂ ਸ਼ੈਡ ਦੀ ਉਸਾਰੀ ਲਈ ਗ੍ਰਾਂਟ ਜਾਰੀ ਕਰ ਦਿੱਤੀ ਜਾਏਗੀ। ਅਹਿਮਦਗੜ੍ਹ ਤੋਂ ਵਾਇਆ ਫਾਇਲ ਤੋਂ ਚੰਡੀਗੜ੍ਹ ਬੰਦ ਪਿਆ ਰੂਟ, ਇਹ ਅਸੀਂ ਦੁਬਾਰੇ ਚਾਲੂ ਕਰ ਦੇਣੇ। ਮਲੌਰ ਤੋਂ ਵਾਇਆ ਫਾਇਲ ਤੋਂ ਮਾਤਾ ਚਿੰਤਪੁਰੀ ਤੱਕ ਦਾ ਜਿਹੜਾ ਰੂਟ ਹੈ ਉਹ ਵੀ ਦੁਬਾਰੇ ਸ਼ੁਰੂ ਕਰ ਦੇਣੇ ਹੈ। ਕੋਈ ਡਿਮਾਂਡ ਤੁਹਾਡੀ ਹੈਗੀ ਲੱਗਾ ਜੀ, ਤੁਸੀਂ ਮੇਰੇ ਛੋਟੇ ਭਰਾ ਹੋ, ਤੁਹਾਡੇ ਚ ਲਿਆਕਤ ਹੈ,
सरदार बेअंत सिंह की धरती चलती है, जिन्हें अमन शांति लई अपनी कुर्बानी दी है। इस धरती पे ऐसी बात है जिसका खून भी चाहिए मजे दुनिया साड़ी हर डिमांड है जी वो ऐसी पूरी करांगे। उन्हें ऐसी संस्था ने पिंड जाके जिसे बुद्ध लगाया उसे एक ना जहाँ पे स्टेडियम भी ऐसी बनावा के ताकि ये स्टेडियम के नौजवान है जिसे उसे बहुत बढ़िया तरीके से खेल सकर। सो मैं थोड़ा सा बात करना चाहूँगा आगे बेअमीर का जो केस है केस में ऐसी बहुत सही तरीके से हैंडल कर रहे बाबे ने पहला बुलाया थी हाई कोर्ट ने कहता कि उसी जाके सुनो जेल भी जाके सुने हूँ उसे बंदियां ने बुलाया आज वो हाई कोर्ट चले गए तो हाई कोर्ट ने कहता है इन्हें जेल जाके सुन लो अभी जेल जा रहे लेकिन बे आदमी जे जेड़े दोषी है वो किसे तरह भी बचन नहीं दवागे ना इन्हें नशे वाले जिन्होंने पंजाब के नशा बनाया ना ऐसी छड़ना है। इसलिए आज तुम इकट्ठे होके आए हो बड़ा सारे का बहुत बहुत धन्यवाद। वाहेगुरु जी का खालसा।